ਸਤਿ ਸ਼੍ਰੀ ਅਕਾਲ ਦੋਸਤੋ। ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦਾ ਦਿਨ ਜੋ ਕਿ ਅੱਜ ਸਾਡਾ ਪਹਿਲਾ ਦਿਨ ਸੀ ਨਿਊ ਆਫਿਸ ਜਲੰਧਰ ਅਪੈਕਸ ਟਾਵਰ 'ਚ ਗਰਾਊਂਡ ਫੋਰ, ਜੋ ਕਿ ਆਪਣਾ ਨਿਊ ਆਫਿਸ ਓਮ ਗਲੋਬਲ ਦਾ ਸ਼ੁਰੂ ਹੋਇਆ। ਉੱਥੇ ਅੱਜ ਸਟੂਡੈਂਟ ਨਾਲ ਡਾਇਰੈਕਟ ਮੀਟ ਸੀ, ਬਹੁਤ ਸਟੂਡੈਂਟ ਨਾਲ ਮਿਲ ਕੇ ਦਿਲ ਖੁਸ਼ ਹੋਇਆ, ਕਾਫੀ ਸਟੂਡੈਂਟ ਆਏ। ਸੋ ਉਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਜਿਨ੍ਹਾਂ ਨੇ ਸਾਡੇ 'ਤੇ ਟਰੱਸਟ ਕੀਤਾ। ਬਹੁਤ ਦੂਰੋਂ ਦੂਰੋਂ ਕਲਾਇੰਟਸ ਚੱਲ ਕੇ ਆਏ, ਸਟੂਡੈਂਟ ਮੇਜਰਲੀ ਸਟੂਡੈਂਟ ਕੈਨੇਡਾ ਲਈ ਜਾਣਾ ਚਾਹੁੰਦਾ ਹੈ। ਸੋ ਕੈਨੇਡਾ ਨੂੰ ਲੈ ਕੇ ਬਹੁਤ ਸਟੂਡੈਂਟ ਦੀ ਅੱਜ ਕੁਐਰੀ ਸੀ। ਸਭ ਤੋਂ ਪਹਿਲਾਂ ਤਾਂ ਬਹੁਤ ਹੀ ਰਿਫਿਊਜ਼ਲਸ ਵਾਲੇ ਕੇਸ ਅੱਜ ਮੈਨੂੰ ਮਿਲੇ, ਅਤੇ ਮੈਂ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਡਿਸਕਸ ਕੀਤਾ। ਬਹੁਤ ਹੀ ਪ੍ਰੋਫਾਈਲਸ ਖਰਾਬ ਕੀਤੀਆਂ ਹੋਈਆਂ ਵੱਖਰੇ ਵੱਖਰੇ ਏਜੰਟਸ ਤੋਂ, ਕਈ ਸਟੂਡੈਂਟ ਦੇ ਗਲਤ ਡਾਕੂਮੈਂਟ ਲਗਾ ਕੇ ਗਲਤ ਐਕਸਪੀਰੀਅੰਸ ਬਣਵਾ ਕੇ ਰਿਫਿਊਜ਼ਲਸ ਉਹਨਾਂ ਦੀਆਂ ਆਈਆਂ ਹੋਈਆਂ, ਜਿਨ੍ਹਾਂ ਦਾ ਥੋੜ੍ਹਾ ਬਹੁਤ ਡਿਫੀਕਲਟ ਕੇਸ ਸੀ। ਸੋ ਇੱਦਾਂ ਹੀ ਕੱਲ੍ਹ ਕੈਨੇਡਾ ਨੂੰ ਲੈ ਕੇ ਸਾਡੇ ਅੰਮ੍ਰਿਤਸਰ ਆਫਿਸ 'ਚ ਅਸੀਂ ਕੱਲ੍ਹ ਸੈਮੀਨਾਰ ਰੱਖਿਆ ਹੈ ਛੋਟਾ ਜਿਹਾ। ਸੋ ਅੰਮ੍ਰਿਤਸਰ ਆਫਿਸ SCO 26 ਓਪੋਜਿਟ ਅਜੀਤ ਹੋਸਪਿਟਲ ਰਣਜੀਤ ਐਵਨਿਊ, ਤੁਸੀਂ ਮੈਨੂੰ ਮਿਲ ਸਕਦੇ ਹੋ ਅਤੇ ਮਿਸਟਰ ਪੁਨੀਤ ਖੰਨਾ ਜੋ ਕਿ ਸਾਡੇ MD ਨੇ ਉਹਨਾਂ ਨੂੰ ਮਿਲ ਸਕਦੇ ਹੋ। ਸੋ ਕੈਨੇਡਾ ਦਾ ਇਹ ਸੈਮੀਨਾਰ ਹੈ, ਔਨ ਦਾ ਸਪੋਟ ਤੁਹਾਨੂੰ ਔਫਰ ਲੈਟਰ ਦਿੱਤੀ ਜਾਵੇਗੀ ਅਗਰ ਤੁਹਾਡੇ ਸਾਰੇ ਡਾਕੂਮੈਂਟ ਪੂਰੇ ਨੇ ਵਿਦਇਨ 4 ਜਾਂ 5 ਘੰਟਿਆਂ 'ਚ ਤੁਹਾਨੂੰ ਔਫਰ ਲੈਟਰ ਮਿਲ ਸਕਦੀ ਹੈ। ਅਗਰ ਤੁਹਾਡੇ ਡਾਕੂਮੈਂਟ ਯਾਨੀ ਕਿ ਤੁਹਾਡੇ ਆਇਲਸ ਪਾਸਪੋਰਟ, ਤੁਹਾਡੇ ਅਕੈਡਮਿਕ, ਤੁਹਾਡੇ ਗੈਪ ਦੇ ਡਾਕੂਮੈਂਟ ਸਾਰੇ ਪੂਰੇ ਨੇ। ਸੋ ਮੇਜਰਲੀ ਕੁਐਰੀ ਕੈਨੇਡਾ ਨੂੰ ਆ ਰਹੀ ਹੈ। ਸੋ ਹੁਣੇ ਹੁਣੇ ਮੈਂ ਇੱਕ ਏਜੰਟ ਦੀ ਵੀਡੀਓ ਦੇਖ ਰਿਹਾ ਸੀ ਜਿਸ ਵਿੱਚ ਕੈਨੇਡਾ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਵੀ ਉੱਥੇ ਕੰਮ ਨਹੀਂ ਹੈ, ਬੱਚੇ ਜਾ ਕੇ ਭਾਂਡੇ ਮਾਂਜਦੇ ਆ ਅਤੇ ਬੱਚੇ ਵੇਟਰ ਦੀ ਜੋਬ ਕਰਦੇ ਆ। ਸਭ ਤੋਂ ਪਹਿਲਾਂ ਤਾਂ ਮੈਂ ਉਸ ਏਜੰਟ ਨੂੰ ਇਹ ਦੱਸ ਦੇਵਾਂ ਕਿ ਉਹ ਇੱਕ ਪਾਰਟ ਟਾਈਮ ਜੋਬ ਕਰ ਰਹੇ ਆ। ਭਾਂਡੇ ਮਾਂਜਣਾ ਕੋਈ ਛੋਟੀ ਗੱਲ ਨਹੀਂ, ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਕੰਮ ਕਰਦਾ ਹੈ। ਇੰਡੀਆ ਦੀ ਗੱਲ ਕਰੀਏ, ਅਗਰ ਉਹ ਸਟੂਡੈਂਟ ਜੋਬ ਕਰਦਾ ਤਾਂ 20 ਘੰਟੇ ਵਰਕ ਨਹੀਂ ਮਿਲਦਾ ਉਸਨੂੰ, 20 ਘੰਟੇ ਕੀ ਆਪਾਂ ਨੂੰ 5 ਘੰਟੇ ਵੀ ਪਾਰਟ ਟਾਈਮ ਜੋਬ ਨਹੀਂ ਮਿਲਦਾ। ਸੋ ਪਾਰਟ ਟਾਈਮ 'ਚ ਕੰਮ ਕਰਨ ਕੋਈ ਛੋਟਾ ਵੱਡਾ ਕੰਮ ਨਹੀਂ ਹੁੰਦਾ ਵੀ ਹਾਂਜੀ ਆਪਾਂ ਕਹਿ ਦਈਏ ਭਾਂਡੇ ਮਾਂਜਦਾ, ਡਰਾਈਵਰੀ ਕਰਦਾ ਜਾਂ ਸਿਕਿਉਰਿਟੀ ਗਾਰਡ ਲੱਗਾ ਹੈ। ਕੰਮ ਇੱਕ ਰੇਹੜੀ ਵਾਲਾ ਵੀ ਕੰਮ ਕਰਦਾ, ਇੱਕ ਬਿਜ਼ਨਸਮੈਨ ਵੀ ਕੰਮ ਕਰਦਾ। ਸੋ ਚਾਹੇ ਉਹ ਕੈਨੇਡਾ ਚਾਹੇ ਇੰਡੀਆ, ਕਿਸੇ ਦੇ ਕੰਮ ਨੂੰ ਆਪਾਂ ਛੋਟਾ ਵੱਡਾ ਗਿਣੀਏ ਵੀ ਹਾਂਜੀ ਉੱਥੇ ਜਾ ਕੇ ਸਟੂਡੈਂਟ ਨੂੰ ਕੋਈ ਕੰਮ ਨਹੀਂ ਮਿਲਦਾ। ਮੈਂ ਦੇਖਿਆ ਖਾਸ ਕਰਕੇ ਪੰਜਾਬੀ ਸਟੂਡੈਂਟ ਜਿਹੜੇ ਕਿ ਕੈਨੇਡਾ ਜਾ ਚੁੱਕੇ ਹੈ, ਮੈਂ ਉਹਨਾਂ ਦੀਆਂ ਵੀਡੀਓਜ਼ ਦੇਖਦਾ, ਮੇਰੇ ਵੱਲੋਂ ਸਟੂਡੈਂਟ ਭੇਜੇ ਯਾਨੀ ਕਿ ਓਮ ਗਲੋਬਲ ਵੱਲੋਂ ਭੇਜੇ ਹੋਏ ਸਟੂਡੈਂਟ ਪਲੱਸ ਹੋਰ ਏਜੰਟਾਂ ਵੱਲੋਂ ਭੇਜੇ ਲੱਖਾਂ ਹੀ ਸਟੂਡੈਂਟ ਰੇਂਜ ਰੋਵਰ, ਲੈਂਡ ਰੋਵਰ ਇੱਦਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ 'ਤੇ ਮੈਂ ਦੇਖ ਰਿਹਾ ਉਹਨਾਂ ਨੂੰ। ਕਈ ਸਟੂਡੈਂਟ PR ਵੀ ਹੋ ਚੁੱਕੇ ਆ, ਸਿਟੀਜ਼ਨ ਵੀ ਹੋ ਚੁੱਕੇ ਆ, ਬਟ ਇਹ ਨਹੀਂ ਮੈਂ ਸੁਣਿਆ ਵੀ ਭਾਂਡੇ ਮਾਂਜਦੇ ਆ ਜਾਂ ਫਿਰ ਵੇਟਰ ਦੀ ਜੋਬ ਕਰਦੇ ਆ, ਲੇਬਰ ਦੀ ਜੋਬ ਕਰਦੇ ਆ। ਹੋ ਸਕਦਾ ਜੋ ਵੀ ਏਜੰਟ ਇੱਦਾਂ ਦੇ ਕਹਿ ਰਹੇ ਆ, ਹੋ ਸਕਦਾ ਉਹਨਾਂ ਦੀ ਪੁਜੀਸ਼ਨ ਵੀ ਅੱਜ ਤੋਂ 10-15 ਸਾਲ ਇੱਦਾਂ ਦੀ ਹੋਵੇ।
ਕੰਮ ਕੋਈ ਛੋਟਾ ਵੱਡਾ ਨਹੀਂ ਹੈ। ਸੋ ਕੈਨੇਡਾ ਨੂੰ ਲੈ ਕੇ ਜੋ ਰਿਊਮਰਸ ਆ ਰਹੇ ਨੇ ਵੀ ਉੱਥੇ ਕੰਮ ਨਹੀਂ ਹੈ, ਤੋ ਮੈਂ 10-15 ਦਿਨ ਪਹਿਲਾਂ ਹੀ ਇੱਕ ਆਰਟੀਕਲ ਪੜ੍ਹਿਆ ਹੈ ਇੱਕ ਕਿਸੇ ਦਾ ਨਿਊਜ਼ ਦਾ, ਕੈਨੇਡਾ ਦੀ ਨਿਊਜ਼ ਏਜੰਸੀ ਦਾ, ਉੱਥੇ ਅੱਜ ਤੋਂ 1.5-2 ਸਾਲ ਬਾਅਦ ਇੰਨੀ ਕੁ ਜੋਬ ਆਪਸ਼ਨ ਵਧਣੀ ਹੈ, 5-6 ਲੱਖ ਜੋਬ ਆਪਸ਼ਨ ਉੱਥੇ ਅਵੇਲੇਬਲ ਹੋ ਜਾਣੀ ਹੈ, ਖਾਸ ਕਰਕੇ ਪਰਮਾਨੈਂਟ ਜੋਬ ਆਪਸ਼ਨ। ਪਰਮਾਨੈਂਟ ਮੀਨਸ ਜੋ ਕਿ ਉਹਨਾਂ ਦੇ PR ਵਾਲੇ ਬੰਦੇ ਹੈ ਉਹਨਾਂ ਨੂੰ ਮਿਲਣੀਆਂ ਹੈ, ਅਤੇ ਉਹਨਾਂ ਨੇ ਇਮੀਗ੍ਰੇਟ ਬੰਦੇ ਕਰਨੇ ਹੈ, ਮਾਈਗ੍ਰੇਟ ਹੋ ਰਹੇ ਨੇ ਬਹੁਤ ਬੰਦੇ, ਅਤੇ ਉਹਨਾਂ ਨੂੰ ਇੰਪਲੋਇਰਸ ਦੀ ਲੋੜ ਹੈ, ਬਹੁਤ ਹੀ ਜ਼ਿਆਦਾ ਬੰਦਿਆਂ ਦੀ ਲੋੜ ਹੈ ਜੋ ਕਿ ਵਧੀਆ ਐਜੂਕੇਸ਼ਨ ਜਿਨ੍ਹਾਂ ਦੀ ਕੀਤੀ ਹੋਵੇ। ਅਤੇ 5-6 ਲੱਖ ਯਾਨੀ ਕਿ ਇੰਡੀਆ ਦੇ ਮੁਕਾਬਲੇ ਜੇ ਆਪਾਂ ਗੱਲ ਕਰੀਏ ਪਿਛਲੇ 1-2 ਸਾਲਾਂ 'ਚ ਮਸਾਂ ਹੀ 1.5-2 ਲੱਖ ਬੰਦਾ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਿਆ ਹੈ, ਅਤੇ 5-6 ਲੱਖ ਦੀ ਗੱਲ ਕਰੀਏ ਤਾਂ ਆਉਣ ਵਾਲੇ 1.5-2 ਸਾਲਾਂ ਵਿੱਚ 5-6 ਲੱਖ ਬੰਦੇ ਦੀ ਉਹਨਾਂ ਨੂੰ ਡਿਮਾਂਡ ਹੈ। ਸੋ ਆਪਾਂ ਜੇ ਗੱਲ ਕਰਦੇ ਹਾਂ ਜੋਬ ਆਪਸ਼ਨ ਦੀ, ਕੈਨੇਡਾ ਜੋਬ ਆਪਸ਼ਨ ਪੱਖੋਂ ਬਹੁਤ ਹੀ ਵਧੀਆ ਸਕੋਪ ਹੈ। ਸੋ ਨਾਲ ਹੀ ਮੈਂ ਇਹ ਵੀ ਸੁਣਿਆ ਵੀ ਮਾਂ ਪਿਓ ਨੂੰ ਮਿਲਿਆ ਨਹੀਂ ਜਾਂਦਾ, ਵੀ ਮਾਂ ਪਿਓ ਮਿਲ ਨਹੀਂ ਸਕਦਾ ਆਪਣੇ ਬੱਚਿਆਂ ਨੂੰ। ਤੁਸੀਂ ਕੈਨੇਡਾ ਜਾ ਰਹੇ ਹੋ, ਜੋ ਵੀ ਸਟੂਡੈਂਟ ਕੈਨੇਡਾ ਜਾ ਰਿਹਾ ਅਤੇ ਉਸਦੇ ਮਾਂ ਪਿਓ ਨੂੰ, ਅਗਰ ਤੁਸੀਂ ਸਟੂਡੈਂਟ ਵੀਜ਼ਾ 'ਤੇ ਹੋ, ਤੁਸੀਂ 6 ਮੰਥ ਬਾਅਦ ਕੈਨੇਡਾ ਦਾ ਆਪਣੇ ਪੇਰੈਂਟਸ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਤਾਂ ਕਿ ਉਹ ਤੁਹਾਨੂੰ ਮਿਲ ਸਕਣ। ਸੋ ਇੱਦਾਂ ਦੀਆਂ ਅਫਵਾਹਾਂ ਤੋਂ ਬਚੋ ਵੀ ਹਾਂਜੀ ਉੱਥੇ ਕੰਮ ਨਹੀਂ ਮਿਲਦਾ। ਸੋ ਪ੍ਰੈਕਟੀਕਲੀ ਇਹ ਹੈ, ਸਭ ਤੋਂ ਪਹਿਲਾਂ ਦੇਖੋ ਜੋ ਬੰਦਾ ਤੁਹਾਨੂੰ ਇਹ ਕਹਿ ਰਿਹਾ ਵੀ ਹਾਂਜੀ ਉੱਥੇ ਕੰਮ ਨਹੀਂ ਹੈ, ਦੂਜੇ ਪਾਸੇ ਉਸਦੀ ਐਡ ਹੀ ਚੱਲ ਰਹੀ ਹੈ ਵੀ 5.5 'ਤੇ ਵੀਜ਼ਾ ਲੱਗੂਗਾ ਕੈਨੇਡਾ ਦਾ, ਵੀ ਆ ਜਾਓ ਮੈਂ ਪੈਸੇ ਵੀਜ਼ੇ ਤੋਂ ਬਾਅਦ ਲਊਂਗਾ। ਸੋ ਇਹਨਾਂ ਗੱਲਾਂ ਨੂੰ ਤੁਸੀਂ ਇਹੀ ਦੇਖ ਕੇ ਰੱਖੋ ਵੀ ਇਹ ਇੱਕ ਪਬਲਿਸਿਟੀ ਹੈ ਵੀ ਆਪਣੇ ਨਾਮ ਨੂੰ, ਜੋ ਬੰਦਾ ਤੁਹਾਨੂੰ ਮਾਪਿਆਂ ਦੇ ਮਨ 'ਚ ਵਿੱਚ ਉਸ ਏਜੰਟ ਪ੍ਰਤੀ ਇਹ ਹੁੰਦਾ ਹੈ ਵੀ ਹਾਂਜੀ ਇਹ ਬੰਦਾ ਥੋੜ੍ਹਾ ਜਿਹਾ ਸਹੀ ਬੋਲ ਰਿਹਾ, ਬਟ ਦੂਜੀ ਐਡਵਰਟਾਈਜ਼ਮੈਂਟ 'ਚ ਇਹੀ ਖਬਰ ਆ ਜਾਂਦੀ ਹੈ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਫਰੰਟ ਪੇਜ 'ਤੇ ਐਡ ਆਉਂਦੀ ਆ ਜਗਬਾਣੀ ਅਜੀਤ 'ਤੇ, ਤੋ ਜੋ ਪੈਸੇ ਤੁਹਾਡੇ ਵੱਲੋਂ ਹੀ ਲੁੱਟੇ ਜਾ ਰਹੇ ਹਨ ਬਾਅਦ ਵਿੱਚ, ਅਗਰ ਉਸ ਬੰਦੇ ਨੂੰ ਇੰਨਾ ਹੀ ਹੈ ਵੀ ਹਾਂਜੀ ਵੀ ਉੱਥੇ ਜਾ ਕੇ ਕੰਮ ਹੈ ਨਹੀਂ ਗਾ, ਵੀ ਉਹ ਚੀਜ਼ਾਂ ਹੈ ਨਹੀਂ ਗੀਆਂ, ਤੋ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਵੀ ਬੰਦ ਕਰੋ ਏਡੇ ਏਡੇ ਦਫ਼ਤਰ ਜਿਹੜੇ ਖੋਲ੍ਹੇ ਆ ਭਾਈ ਸਾਹਿਬ, ਉੱਥੇ ਜੇ ਕੰਮ ਹੀ ਹੈ ਨਹੀਂ ਗਾ ਕਿਉਂ ਬੱਚਿਆਂ ਦੀ ਲਾਈਫ ਬਰਬਾਦ ਕਰ ਰਹੇ ਹੋ, ਤੁਸੀਂ ਮਿਸਗਾਈਡ ਕਰ ਰਹੇ ਹੋ ਤੁਹਾਡੇ ਦਫ਼ਤਰਾਂ ਦੀਆਂ ਟੈਲੀਕਾਲਰ ਟੀਮਸ ਉਹਨਾਂ ਨੂੰ ਆ ਕੇ ਜੀ ਹਾਂਜੂ ਜੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲਵਾਂਗੇ, ਲੈਣੇ ਵੀ ਦੂਸਰੇ ਏਜੰਟਾਂ ਤੋਂ ਵੱਧ ਆ, ਇੱਕ ਏਜੰਟ 2-4 ਹਜ਼ਾਰ ਰੁਪਇਆ ਕਮਾ ਰਿਹਾ ਅਤੇ ਦੂਸਰਾ ਬੰਦਾ 2-4 ਲੱਖ ਰੁਪਏ ਦੀ ਗੱਲ ਕਰ ਰਿਹਾ, ਭਾਅ ਜੀ ਅਸੀਂ ਇੰਨੀ ਲਵਾਂਗੇ, ਨਾ ਕੋਈ GIC ਦੇਣਾ ਹੈ ਨਾ ਕੋਈ ਕੁਛ ਦੇਣਾ ਹੈ। ਸੋ ਉੱਥੇ ਜਾ ਕੇ ਪਰਟੀਕੁਲਰਲੀ ਇਹ ਚੀਜ਼ਾਂ ਪਤਾ ਲੱਗਦੀਆਂ ਸਟੂਡੈਂਟ ਨੂੰ ਵੀ ਇਹ ਚੀਜ਼ ਮੇਰੇ ਨਾਲ ਕੀ ਹੋ ਗਿਆ, ਮੇਰੇ ਨਾਲ ਠੱਗੀ ਵੱਜ ਗਈ। ਠੱਗੀ ਤਾਂ ਸਭ ਤੋਂ ਪਹਿਲਾਂ ਉਸ ਏਜੰਟ ਵੱਲੋਂ ਸ਼ੁਰੂ ਹੋ ਰਹੀ ਹੈ ਜਿਸ ਏਜੰਟ ਨੇ ਇਹ ਕਹਿਣਾ ਸ਼ੁਰੂ ਕੀਤਾ ਉੱਥੇ ਕੰਮ ਹੈ ਨਹੀਂ ਗਾ, ਸਭ ਤੋਂ ਵੱਡੀ ਚੀਜ਼ ਹੀ ਇਹ ਹੈ। ਸੋ ਆਪਾਂ ਜੇ ਗੱਲ ਕਰੀਏ ਸਟੂਡੈਂਟ ਵੀਜ਼ਾ ਦੀ, ਕੈਨੇਡਾ ਦਾ ਸਟੂਡੈਂਟ ਵੀਜ਼ਾ ਅਜੇ ਵੀ ਲੱਗ ਰਿਹਾ ਹੈ, ਸੋ ਉਹਨਾਂ ਨੂੰ ਹਜੇ ਵੀ ਬਹੁਤ ਜ਼ਿਆਦਾ ਲੋੜ ਹੈ ਸਟੂਡੈਂਟ ਦੀ, ਵਧੀਆ ਸਟੂਡੈਂਟ ਦੀ ਹੈ। ਪੰਜਾਬੀ ਸਟੂਡੈਂਟ ਬਹੁਤ ਵਧੀਆ ਸਟੂਡੈਂਟ ਉੱਥੇ ਜਾ ਕੇ ਸਟੱਡੀ ਕਰ ਰਿਹਾ ਹੈ, ਇੱਦਾਂ ਦੇ ਕੋਰਸਾਂ ਸਟੱਡੀ ਕਰ ਰਿਹਾ ਜੋ ਕਿ ਕਈ ਏਜੰਟਾਂ ਨੂੰ ਕੋਰਸਾਂ ਦੇ ਨਾਮ ਹੀ ਨਹੀਂ ਪਤਾ,
ਕਈ ਏਜੰਟਾਂ ਨੂੰ ਕੋਰਸਾਂ ਦੇ ਨਾਮ ਹੀ ਨਹੀਂ ਪਤਾ ਵੀ ਕਿਹੜੇ ਕੋਰਸ ਉੱਥੇ ਅਵੇਲੇਬਲ ਆ, ਕਿਹੜੇ ਕਾਲਜ 'ਚ ਅਵੇਲੇਬਲ ਹੈ। ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਆਉਂਦੇ ਆ ਜੋ ਇਹ ਸੋਚਦੇ ਆ ਵੀ ਹਾਂਜੀ ਸਾਨੂੰ ਵਧੀਆ ਕੋਰਸ ਦੀ ਚੋਇਸ ਕੀਤੀ ਜਾਵੇ। ਕਈ ਏਜੰਟ ਕੋਲੇ ਜਾਈਦਾ, ਹਾਂਜੀ ਸਰ ਵੀ ਹਾਂਜੀ ਦੱਸੋ ਜੀ ਕੈਨੇਡਾ ਜਾਣਾ, ਹਾਂਜੀ ਅਸੀਂ ਕੈਨੇਡਾ ਭੇਜ ਦਿੰਦੇ ਹਾਂ ਜੀ, ਪੈਸੇ ਵੀਜ਼ੇ ਤੋਂ ਬਾਅਦ ਲਵਾਂਗੇ। ਪੈਸੇ ਤਾਂ ਸਾਰੇ ਵੀਜ਼ਾ ਦੇ ਬਾਅਦ ਲਵਾਂਗੇ, ਪਹਿਲਾਂ ਦੱਸੋ ਕੋਰਸ ਕਿਹੜੇ 'ਚ ਭੇਜੋਗੇ ਭਾਜੀ। ਕੋਰਸ ਦੀ ਨਹੀਂ ਨੌਲੇਜ, ਇਹ ਨਹੀਂ ਪਤਾ ਵੀ ਕਿਹੜੇ ਕਾਲਜ 'ਚ ਕਿੰਨੀ ਐਪਲੀਕੇਸ਼ਨ ਫੀਸ ਹੈ, ਕਿੰਨੀ ਟਿਊਸ਼ਨ ਫੀਸ ਹੈ, ਉਸ ਤੋਂ ਬਾਅਦ ਉਹਦੇ ਜੋਬ ਆਪਸ਼ਨਸ ਕੀ ਹੈ। ਜਿਹੜੇ ਬੰਦੇ ਨੂੰ ਇਹ ਚੀਜ਼ਾਂ ਨਹੀਂ ਪਤਾ ਉਹ ਤੁਹਾਨੂੰ ਕੀ ਗਾਈਡ ਕਰ ਸਕਦਾ ਹੈ, ਕੀ ਦੱਸੂਗਾ ਵੀ ਉੱਥੇ ਜੋਬ ਦੀਆਂ ਆਪਸ਼ਨਾਂ ਕੀ ਹੈ, ਕੈਨੇਡਾ 'ਚ ਕੀ ਤੁਹਾਨੂੰ ਤੁਹਾਡਾ ਫਿਊਚਰ ਹੈ। ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਕੈਨੇਡਾ ਨੂੰ ਲੈ ਕੇ ਲਗਾਤਾਰ ਸੈਮੀਨਾਰ ਕਰ ਰਹੇ ਹਾਂ। ਸੋ 26 ਤਰੀਕ ਨੂੰ ਤੁਸੀਂ ਚੰਡੀਗੜ੍ਹ ਆਫਿਸ 'ਚ ਸਾਡੇ 17 ਸੈਕਟਰ 'ਚ SCO 68-69 ਸੈਕਿੰਡ ਫਲੋਰ ਓਕਟੇਵ ਦੇ ਸ਼ੋਰੂਮ ਦੇ ਉੱਪਰ ਮਿਲ ਸਕਦੇ ਹੋ ਮੈਨੂੰ, ਮਿਸਟਰ ਪੁਨੀਤ ਖੰਨਾ ਜੀ ਨੂੰ। ਉਸ ਤੋਂ ਬਾਅਦ ਫਿਰ 27 ਤਰੀਕ ਨੂੰ ਜਲੰਧਰ ਆਫਿਸ ਸਾਡੇ, 28 ਤਰੀਕ ਨੂੰ ਫਿਰ ਅੰਮ੍ਰਿਤਸਰ। ਸੋ ਲਗਾਤਾਰ 1-2 ਹਫ਼ਤੇ ਇਹ ਸੈਮੀਨਾਰ ਤੁਹਾਡੇ ਲਈ ਕੀਤੇ ਜਾ ਰਹੇ ਉਹਨਾਂ ਸਟੂਡੈਂਟ ਲਈ ਜੋ ਕਿ ਇਹ ਨਿਰਾਸ਼ ਹੋ ਚੁੱਕੇ ਹੈ ਵੀ ਸਾਡੀ ਆਫਰ ਲੈਟਰ ਨਹੀਂ ਆ ਰਹੀ, ਸਾਡਾ ਵੀਜ਼ਾ ਰਿਫਿਊਜ਼ ਹੋ ਚੁੱਕਿਆ। ਪੈਸੇ ਅਸੀਂ ਵੀ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ, ਬਟ ਇਹ ਨਹੀਂ ਗਿਆ ਵੀ ਹਾਂਜੀ ਤੁਹਾਡਾ ਵੀਜ਼ਾ ਨਹੀਂ ਵੀ ਲੱਗਣਾ ਤਾਂ ਵੀ ਤੁਹਾਨੂੰ ਕਹਿ ਦਾਂਗੇ ਚਲੋ ਪੈਸੇ ਦਾ ਵੀਜ਼ਾ ਤੋਂ ਬਾਅਦ ਹੀ ਆਉਣੇ ਆ ਤਾਂ ਕੋਈ ਨਾ ਤੀਰ 'ਤੇ ਤੁੱਕਾ ਮਾਰ ਹੀ ਦਿੰਦੇ ਹਾਂ, ਬਟ ਇੱਦਾਂ ਦੀਆਂ ਅਸੀਂ ਗੱਲਾਂ ਨਹੀਂ ਕਰਦੇ। ਸੋ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਕੱਲ੍ਹ ਨੂੰ ਅੰਮ੍ਰਿਤਸਰ ਆਫਿਸ SCO 26 ਅਜੀਤ ਹੋਸਪਿਟਲ ਦੇ ਸਾਹਮਣੇ, ਮੈਨੂੰ ਮਿਲੋ, ਮਿਸਟਰ ਪੁਨੀਤ ਖੰਨਾ ਨੂੰ ਮਿਲੋ ਅਤੇ ਸਾਡੀ ਪੂਰੀ ਓਮ ਗਲੋਬਲ ਦੀ ਟੀਮ ਨੂੰ ਮਿਲੋ। ਮੈਂ ਚੈਲੇਂਜ ਕਰਦਾ ਵੀ ਅਗਰ ਤੁਹਾਨੂੰ ਸਾਡੇ ਤੋਂ ਵਧੀਆ ਤੁਹਾਨੂੰ ਆਪਸ਼ਨ ਮਿਲੇ ਤਾਂ ਤੁਸੀਂ ਹੋਰ ਕਿਤੇ ਵੀ ਅਪਲਾਈ ਕਰ ਸਕਦੇ ਹੋ। ਈਵਨ ਤੁਹਾਨੂੰ ਜੋਬ ਆਪਸ਼ਨ ਵੀ ਦਿੱਤੀਆਂ ਜਾਣਗੀਆਂ ਵੀ ਹਾਂਜੀ ਇੱਥੇ ਤੁਹਾਨੂੰ ਜੋਬ ਆਪਸ਼ਨ ਮਿਲ ਸਕਦੀਆਂ। ਸਾਡਾ ਟੋਰਾਂਟੋ ਆਫਿਸ ਹੈ, ਤੁਸੀਂ ਟੋਰਾਂਟੋ ਦੇ ਆਫਿਸ ਜਾ ਕੇ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ ਕਿੱਦਾਂ ਜੋਬ ਆਪਸ਼ਨਸ ਮਿਲਣਗੀਆਂ, ਕਿ ਫਿਊਚਰ ਦੇ ਪਲਾਨਸ ਕੀ ਆ। ਇੱਥੋਂ ਵੀ ਤੁਹਾਨੂੰ ਦੱਸ ਕੇ ਪ੍ਰੋਪਰ ਭੇਜਿਆ ਜਾਵੇਗਾ ਇਸ ਕੋਰਸ 'ਚ ਕੀ ਜੋਬ ਆਪਸ਼ਨਸ ਹੈ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰ ਫਿਰ ਬੁਲਾਉਂਦਾ ਹਾਂ। ਮੌਸਮ ਵੀ ਬਹੁਤ ਵਧੀਆ ਹੈ, ਸੋ ਅੰਮ੍ਰਿਤਸਰ ਆ ਲਿਓ, ਕੱਲ੍ਹ ਦਾ ਦਿਨ ਨਾ ਭੁੱਲਿਓ, ਜਲਦੀ ਪਹੁੰਚਿਓ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਸਤਿ ਸ਼੍ਰੀ ਅਕਾਲ ਜੀ।